ਤੇ ਫਿਰ ਨਾਲ ਸਾਬਕ ਇਹ ਵੀ ਗੱਲ ਆਖੀ ਕਿ ਆਪਣੀਆਂ ਆਵਾਜ਼ਾਂ ਮੇਰੇ ਮਹਿਬੂਬ ਨੇ ਆਵਾਜ਼ ਨਾਲ ਮਸਤ ਰੱਖਿਆ ਹੈ। ਇਹ ਨਾ ਹੋਵੇ ਕਿ ਤੁਹਾਡੇ ਅਮਾਨ ਮੈਂ ਜ਼ਾਇਆ ਕਰ ਦੇਵਾਂ, ਤੁਸੀਂ ਖਬਰ ਤੱਕ ਨਾ ਲੈ। ਇਸ ਵਾਸਤੇ ਸਰਕਾਰ ਕੁਰੇਸ਼ੀ ਨੂੰ ਸਾਬਾਣੇ, ਅਗਰ ਤੂੰ ਫਲਾਹ ਜਾਣਾ ਹੈ, ਫਲਾਹ ਜਾਣਾ ਹੈ, ਨਜਾਤ ਜਾਣਾ ਹੈ, ਤਾਂ ਕਿਆ ਕਰ ਸਜਣਾ ਦਰੇ ਅਕਦਸ ਅਜ਼ੂਰ ਸਰ ਖਮਿਓ ਜਾ, ਦਰੇ ਅਕਦਸ। ਮੇਰੇ ਦੋਸਤੋ, ਅੱਲਾਹ ਕੀ ਮੰਨਾ, ਨਬੀ ਪਾਕ ਕੀ ਛੋੜੀ ਤਾਂ ਦਰੁਸਤ ਨਹੀਂ ਹੈ। ਅੱਲਾਹ ਕੀ ਮੰਨਾ ਉਸੇ ਟਾਈਮ ਦਰੁਸਤ ਆ ਕਿ ਅੱਲਾਹ ਖੁਦ ਫਰਮਾਇਆ ਕਿ ਅਗਰ ਮਿਕੀ ਮੰਨਣਾ ਹੈ ਤਾਂ ਪਹਿਲੇ ਮੇਰੇ ਮਹਿਬੂਬ ਕੀ ਮੰਨ, ਫਿਰ ਦਰੁਸਤ ਹੈ, ਉਹ ਰਸਤਾ ਅਖਤਿਆਰ ਕਰ। ਤੇ ਸਰਕਾਰ ਨੇ ਦਰੇ ਅਕਦਸ ਅਜ਼ੂਰ ਸਰ ਖਮਿਓ ਜਾ, ਦਰੇ ਅਕਦਸ ਅਜ਼ੂਰ ਸਰ ਖਮਿਓ ਜਾ। ਏ ਦਰੇ ਅਕਦਸ ਅਜ਼ੂਰ ਸਰ ਖਮਿਓ ਜਾ, ਉਸਵਾਏ ਰਸੂਲ ਨੂੰ ਛੋੜ ਬੈਠਾ, ਇਹ ਕਿਉਂ ਤੂੰ ਉਸਵਾਏ ਰਸੂਲ ਨੂੰ ਛੋੜ ਬੈਠਾ, ਹੈਰਾਨ ਮਾਈ ਜਦ ਕਰ ਰੇ ਉਸੇ ਆਸ਼ਾ ਮੋਤੀ ਦਾ ਰਤ ਦਿਨ ਰੇਲ ਕੀਰੀ।
اردو نے شاعر نہ فرمانا ہے کہ نہ دنیا سے نہ دولت سے نہ گھر آباد کرنے سے تسلی دل کو ملتی ہے خدا کو یاد کرنے سے. میرے دوستو بڑی قابل غور گل کہ ساڑا مذہب گل آنا ہے مسلمان جڑا تو آپ کام نہیں کرنا وہ دوے کی کیا آخنا ہے. جڑا کسی واسطے قانون تیار کرنا ہے اس نے پھر آپ پہلے عمل کر پھر کسی اور کی آخیا. میرے دوستو سرکار حافظ حسین افسر سرکار نے شیر ہے سرکار سے ہنے حافظ حسین افسر سرکار سے ہنے ہنے ہوئے کبھی قلبی سکون نہیں مل سکتا کبھی قلبی سکون نہیں مل سکتا وہ پاویں قبضے